ਸਤਿ ਸ੍ਰੀ ਅਕਾਲ ਜੀ, ਮੈਂ ਦਵਿੰਦਰ ਕੌਰ ਟੀਵੀ ਆਪਣੀ ਇੱਕ ਰਚਨਾ ਅਰਾਜਕਤਾ ਲੈ ਕੇ ਹਾਜ਼ਰ ਹੋਈ ਹਾਂ। ਜੇ ਹੁੰਦਾ ਕੋਈ ਭਗਵਾਨ ਤਾਂ ਪੜ੍ਹ ਲੈਂਦਾ ਪਵਿੱਤਰਤਾ ਮਨ ਦੀ, ਐਵੇਂ ਜਨਮ ਜਨਮ ਹਰ ਕਦਮ ਕਦਮ ਅਗਨ ਪ੍ਰੀਖਿਆ ਦੀ ਰਸਮ ਤਾਂ ਨਾ ਚੱਲਦੀ। ਧਰਮ ਦੇ ਅਰਥਾਂ ਨੂੰ ਜੇ ਸਮਝ ਲੈਂਦੇ ਦਰਿੰਦਗੀ ਨਾਲ ਭਰੇ ਜਿਹਨ, ਤਾਂ ਕੋਈ ਧੀ ਭੈਣ ਕਿਸੇ ਦੀ ਹੈਵਾਨੀਅਤ ਤਾਂ ਨਾ ਝੱਲਦੀ। ਨਾਰੀ ਦਾ ਸਨਮਾਨ ਤੇ ਦੇਵੀ ਦਾ ਦਰਜਾ ਦੇਣ ਵਾਲੇ ਨਕਲਚੀਏ ਜੇ ਪੜ੍ਹ ਲੈਂਦੇ ਪਾਠ ਨੈਤਿਕਤਾ ਦਾ, ਤਾਂ ਦੇਸ਼ ਭਗਤੀ ਨੂੰ ਛੱਡ ਨੀਅਤਾਂ ਵਿੱਚ ਖੋਟ ਤਾਂ ਨਾ ਪਲਦੀ। ਨਸ਼ਾ ਖੋਰੀ, ਠੱਗੀ ਚੋਰੀ, ਬੇਰੁਜ਼ਗਾਰੀ ਦਾ ਵੀ ਕਿਧਰੇ ਹਾਕਮ ਕੱਢ ਲੈਂਦੇ ਹਨ, ਫਿਰ ਦੇਸ਼ ਦੀ ਜਵਾਨੀ ਕੁਝ ਰਾਹਾਂ ਨੂੰ ਤਾਂ ਨਾ ਮਲਦੀ। ਸਿਆਸਤ 'ਚੋਂ ਨਿਕਲ ਕੇ ਕੋਈ ਸੋਚਦਾ ਨਿਆਂਵਾਦੀ, ਤਾਂ ਸ਼ਾਇਦ ਵਿਹਲੇ ਮਨ ਵਿੱਚ ਕੋਈ ਦਰਿੰਦਗੀ ਤਾਂ ਨਾ ਖਲਦੀ। ਸ਼ਾਇਦ ਵਿਹਲੇ ਮਨ ਵਿੱਚ ਕੋਈ ਦਰਿੰਦਗੀ ਤਾਂ ਨਾ ਖਲਦੀ। ਧੰਨਵਾਦ ਜੀ।